ਨੋਵਲ ਵੁਰੋਲੇ ਦੀ ਜੂਨ ਪਹਿਲਾ ਅੰਗ ਅਗਲਾ ਹਿੱਸਾ ਦੀਪ ਜਿੱਥੇ ਕਜੀਬ ਜੇ ਸੁੱਖ ਦਾ ਅਨੁਭਵ ਕਰ ਰਿਹਾ ਸੀ ਉੱਥੇ ਹੀ ਉਹ ਸੰਗ ਨਾਲ ਵੀ ਮਰੀ ਜਾ ਰਿਹਾ ਸੀ ਉਸ ਕੋਲ ਜੈਸ ਨਾਲ ਅੱਖਾਂ ਨਹੀਂ ਮਿਲਾ ਹੋ ਰਹੀਆਂ ਸਨ ਬੀਅਰ ਦੇ ਸਰੂਰ ਨੇ ਦੀਪੇ ਨੂੰ ਥੋੜਾ ਮਨਚਲਾਜਾ ਬਣਾ ਦਿੱਤਾ ਨਹੀਂ ਤਾਂ ਉਹ ਕਦੀ ਵੀ ਰੀਆ ਨੂੰ ਆਪਣੇ ਪਿੰਡੇ ਤੇ ਹੱਥ ਨਾ ਲਾਉਣ ਦਿੰਦਾ ਰੀਆ ਨੇ ਚੌਥਾ ਬੀਅਰ ਦਾ ਕੈਨ ਫੜ ਲਿਆ ਦੀਪੇ ਦੀ ਪਿੱਠ ਤੇ ਲੋਸ਼ਨ ਲਾਉਣ ਤੋਂ ਬਾਅਦ ਉਹਨੇ ਦੀਪੇ ਨੂੰ ਹੱਥੋਂ ਫੜ ਕੇ ਉਠਾਉਂਦੇ ਹੋਏ ਗਿਆ लेट्स ਗੋ ਇਨ ਦਾ ਵਾਟਰ ਨਾਓ ਦੀਪ ਨੇ ਸੁਆਲੀਆ ਨਜ਼ਰਾਂ ਨਾਲ ਜੈਸਵਲ ਦੇਖਿਆ ਤਾਂ ਜੈਸ ਕਹਿਣ ਲੱਗੀ ਯਾ ਦੀਪ ਗੋ ਅਹੈਡ ਹੁਣ ਤੇਰੀ ਵਾਰੀ ਹੈ ਦੀਪਕ ਕਿਉਂਕਿ ਤਰਨਾ ਜਾਣਦਾ ਸੀ ਇਸ ਲਈ ਪਾਣੀ 'ਚ ਜਾਂਦਿਆਂ ਹੀ ਉਰੀਆ ਤੋਂ ਕਾਫੀ ਅੱਗੇ ਨਿਕਲ ਗਿਆ ਰੀਆ ਮਾੜਾ ਮੋਟਾ ਹੀ ਤਰਨਾ ਜਾਣਦੀ ਸੀ ਹੁਣ ਉਹ ਦੀਪੇ ਨਾਲ ਪੰਗੇ ਲੈਣਾ ਚਾਹੁੰਦੀ ਸੀ ਪਰ ਉਹ ਜ਼ਿਆਦਾ ਡੂੰਘੇ ਪਾਣੀ 'ਚ ਜਾਣੋਂ ਵੀ ਡਰਦੀ ਸੀ ਇਸ ਲਈ ਉਹ ਪਿੱਛੋਂ ਉਹਨੂੰ ਆਵਾਜ਼ਾਂ ਮਾਰਨ ਲੱਗ ਪਈ ਜਦੋਂ ਵਾਪਸ ਆਇਆ ਤਾਂ ਕਹਿਣ ਲੱਗੀ ਪਿਕ ਮੀ ਅਪ ਐਂਡ ਟੇਕ ਇਨ ਟੂ ਡੀਪ ਵਾਟਰ ਦੀਪਾ ਹੱਸ ਕੇ ਪਾਣੀ 'ਚ ਪਰਾਂ ਨੂੰ ਤੁਰ ਪਿਆ ਹਾਲਾਂਕਿ ਬਹੁਤ ਸਾਰੀਆਂ ਗੋਰੀਆਂ ਆਪਣੇ ਨਾਲ ਦੀਆਂ ਗੋਰੀਆਂ ਦੇ ਕਨੇੜੇ ਚੜ ਕੇ ਪਾਣੀ ਚਟ ਖੇਲੀਆਂ ਕਰ ਰਹੀਆਂ ਸਨ ਪਰ ਦੀਪੇ ਦੇ ਅੰਦਰਲੇ ਸੰਸਕਾਰਾਂ ਨੇ ਉਹਨੂੰ ਲੋਕਾਂ ਸਾਹਮਣੇ ਇਦਾਂ ਨਾ ਕਰਨ ਦਿੱਤਾ ਉਹਦੀ ਮਾਂ ਤੋਂ ਬਾਅਦ ਅੱਜ ਪਹਿਲੀ ਵਾਰ ਕਿਸੇ ਹੋਰ ਔਰਤ ਨੇ ਉਹਦੇ ਪਿੰਡੇ ਨੂੰ ਛੋਇਆ ਸੀ ਰੀਆ ਪਹਿਲਾਂ ਉਸ ਉੱਤੇ ਦੋਹਾਂ ਹੱਥਾਂ ਨਾਲ ਪਾਣੀ ਪਾਉਂਦਿਆਂ ਚੀਕਾਂ ਮਾਰਦੀ ਰਹੀ ਫਿਰ ਅੱਗੇ ਵਧ ਕੇ ਝੂਠਾ-ਮੂਠਾ ਗੁੱਸਾ ਦਿਖਾਉਂਦੀ ਹੋਈ ਵਾਈ ਡੋਨਟ ਯੂ ਪਿਕ ਮੀ ਅਪ ਕਹਿੰਦੀ ਹੋਈ ਉਹਨੂੰ ੱੱੱਕੇ ਮਾਰਨ ਲੱਗ ਪਈ ਰੀਆ ਦੀਆਂ ਇਹਨਾਂ ਸ਼ਰਾਰਤਾਂ ਨੇ ਦੀਪੇ ਨੂੰ ਰੋਮਾਂਟਿਕ ਨਾਲ ਭਰ ਦਿੱਤਾ ਉਹ ਹੱਸਦਾ ਹੋਇਆ ਉਹਦੇ ਅੱਗੇ-ਅੱਗੇ ਭੱਜਦਾ ਰਿਹਾ ਦੀਪੇ ਦੀ ਨਿਗਾਹ ਕਦੇ-ਕਦੇ ਦੂਰ ਬੈਠੀ ਜੈਸ ਤੇ ਚਲੀ ਜਾਂਦੀ ਜੋ ਉਹਨਾਂ ਵੱਲ ਦੇਖ ਤੇ ਕਿ ਖੁਸ਼ ਹੋ ਰਹੀ ਸੀ ਇਦਾਂ ਹੀ ਉਹ 35-40 ਮਿੰਟ ਪਾਣੀ 'ਚ ਖੇਡਦੇ ਰਹੇ ਸਮੁੰਦਰ 'ਚ ਪਾਣੀ ਦੀਆਂ ਛੱਲਾਂ ਤੇ ਦੂਰ ਘੁੰਮ ਰਹੀਆਂ ਬੋਟਾਂ ਦੇ ਇੰਜਨਾਂ ਨਾਲ ਬਹੁਤ ਸ਼ੋਰ ਹੋ ਰਿਹਾ ਸੀ ਇਸ ਤੋਂ ਇਲਾਵਾ ਲੋਕਾਂ ਦੇ ਉੱਚੀ ਹੱਸਣ ਤੇ ਚੀਕਾਂ ਮਾਰਨ ਨਾਲ ਇਸ ਸ਼ੋਰ-ਸ਼ੋਰ ਵਾਤਾਵਰਨ ਹੋ ਰਿਹਾ ਸੀ ਦੀਪਾ ਪਹਿਲਾਂ ਰਾਣੀ ਉਹ ਰਣਾ ਲਈ ਇੱਕ ਦੋ ਵਾਰ ਵਾਈਟ ਰੌਕ ਬੀਚ ਤੇ ਗਿਆ ਸੀ ਪਰ ਉਹ ਕਦੇ ਪਾਣੀ 'ਚ ਨਹੀਂ ਸੀ ਵੜਿਆ ਅੱਜ ਬੀਅਰ ਦੇ ਸਰੂਰ ਪਾਣੀ 'ਚ ਖੇਲਣ ਤੇ ਰੀਆ ਵਰਗੀ ਚੰਚਲ ਕੁੜੀ ਦੇ ਸਾਥ ਨਾਲ ਜਿਹੜਾ ਆਨੰਦ ਆਇਆ ਸੀ ਉਹ ਪਹਿਲਾਂ ਕਦੇ ਨਹੀਂ ਆਇਆ ਸੀ ਉਹਨੂੰ ਰੀਆ ਦਾ ਬੀਅਰ ਪੀਣਾ ਭਾਵੇਂ ਚੰਗਾ ਨਹੀਂ ਲੱਗਿਆ ਪਰ ਰੀਆ ਤਾਂ ਉਸ ਪ੍ਰਤੀ ਆਪਣਾ ਪਨ ਜਤਾਉਣਾ ਤੇ ਉਸ ਨਾਲ ਸ਼ਰਾਰਤਾਂ ਕਰਨਾ ਉਹਨੂੰ ਬਹੁਤ ਹੀ ਚੰਗਾ ਲੱਗਿਆ ਕਾਫੀ ਧੀਰ ਹਸਨ ਖੇਡਣ ਤੋਂ ਬਾਅਦ ਜਦੋਂ ਦੀਪਾ ਵਾਪਸ ਮੋੜਨ ਲੱਗਾ ਤਰਿਆ ਹੋਰ ਅਟਕਣ ਲਈ ਜ਼ਿੱਦ ਕਰਨ ਲੱਗੀ ਰੀਆ ਬੀਅਰ ਨਾਲ ਕਾਫੀ ਸ਼ਰਾਬੀ ਹੋ ਗਈ ਸੀ ਦੀਪੇ ਨੇ ਬਹੁਤ ਜ਼ੋਰ ਲਾ ਕੇ ਉਹਨੂੰ ਪਾਣੀ ਚੋਂ ਕੱਢ ਕੇ ਲਿਆਂਦਾ ਵਾਪਸ ਆਉਂਦਿਆਂ ਹੀ ਰੀਆ ਜੈਸ ਕੋਲ ਸ਼ਿਕਾਇਤ ਕਰਨ ਲੱਗੀ ਤੇਰਾ ਬ੍ਰਦਰ ਸੋ ਮੀ ਨਾ ਇਹ ਮੈਨੂੰ ਪਿਕ ਕਰਕੇ ਡੀਪ ਵਾਟਰ ਚ ਨਹੀਂ ਲੈ ਕੇ ਗਿਆ ਜੈਸ ਹੱਸਦਿਆਂ ਕਹਿਣ ਲੱਗੇ ਨਹੀਂ ਮੇਰਾ ਬ੍ਰਦਰ ਇਨੋਸੈਂਟਾ ਹੀ ਸੋ ਹੈਲਪਫੁਲ ਐਂਡ ਨਾਈਸ ਰੀਆ ਬੀਅਰ ਚੁੱਸ ਕੇਦਿਆਂ ਕਹਿਣ ਲੱਗੇ ਓ ਯਾ ਆਪ ਤਾਂ ਜਾਏ ਡੀਪ ਵਾਟਰ ਚ ਫਿਰ ਰੀਆ ਅਚਾਨਕ ਦੀਪੇ ਵੱਲ ਮੁੜਦਿਆਂ ਬੜੇ ਸ਼ਰਾਰਤੀ ਜਿਹੇ ਲਹਿਜੇ ਚ ਕਹਿਣ ਲੱਗੀ 헤 ਦੀਪ टेल मी ਵਨ ਥਿੰਗ ਹਾਉ ਡੀਪ ਯੂ ਕੈਨ ਗੋ ਜੈਸ ਉਹਦੇ ਦੂਰੇ ਮਤਲਬ ਵਾਲੇ ਡਾਇਲੋਗ ਤੋਂ ਇਕਦਮ ਤਰਭ ਗਈ ਤੇ ਕਹਿਣ ਲੱਗੀ 헤 ਸਿਲੀ ਗਰਲ ਯੂ ਆਰ ਡਰੰਕ ਨਾਉ ਚਲੋ ਵਾਪਸ ਚਲਦੇ ਹਾਂ ਦੀਪਾ ਉਦਾਂ ਤਾਂ ਭਾਵੇਂ ਰੀਆ ਦੇ ਸ਼ਬਦਾਂ ਵੱਲ ਧਿਆਨ ਨਾ ਦਿੰਦਾ ਪਰ ਜੈਸ ਦੇ ਪ੍ਰਤੀਕਰਮ ਨਾਲ ਉਹਨੂੰ ਵੀ ਰੀਆ ਦੇ ਸ਼ਬਦਾਂ ਪਿੱਛੇ ਲੁਕਿਆ ਦੋਹਰਾ ਮਤਲਬ ਸਮਝ ਆ ਗਿਆ ਰੀਆ ਜ਼ਿਆਦਾ ਸ਼ਰਾਬੀ ਹੋਣ ਕਾਰਨ ਅਜੇ ਹੋਰ ਟਕਣ ਦੀ ਜ਼ਿੱਦ ਕਰਨ ਲੱਗ ਪਈ ਪਰ ਜੈਸ ਦੇ ਜ਼ੋਰ ਪਾਉਣ ਤੇ ਦੀਪੇ ਨੇ ਸਮਾਨ ਸਮਝਣਾ ਸ਼ੁਰੂ ਕਰਤਾ ਜੈਸ ਬਹੁਤ ਮੁਸ਼ਕਲ ਨਾਲ ਰੀਆ ਨੂੰ ਮਨਾ ਕੇ ਚੇਂਜ ਕਰਨ ਲਈ ਲੈ ਕੇ ਗਈ ਵਾਪਸ ਆਉਂਦੇ ਵਕਤ ਆਪਣੇ ਘਰ ਤੱਕ ਜੈਸ ਨੇ ਕਾਰ ਚਲਾਈ ਤੇ ਅੱਗੇ ਦੀਪਾ ਚਲਾ ਕੇ ਲਿਆਇਆ ਘਰ ਵਾਪਸ ਆ ਕੇ ਜਦੋਂ ਰੀਆ ਕਾਰ ਚ ਉਤਰੀ ਤਾਂ ਉਹਨੇ ਦੀਪੇ ਦੀ ਗੱਲ ਚੁੰਮਦਿਆਂ ਕਿਹਾ ਯੂ ਆਰ ਸੋ ਨਾਈਸ ਬੇਬੀ ਬਾਏ ਡੀਅਰ ਸੀ ਯੂ ਹਰ ਹੱਥ ਹਿਲਾ ਕੇ ਲੜਕੜਾਉਂਦੇ ਆ ਅੰਦਰ ਚਲੀ ਗਈ ਦੀਪਾ ਉਹਦੇ ਇਸ ਹਰਕਤ ਤੋਂ ਸਖਤੇ ਚ ਆ ਗਿਆ ਉਹਨੂੰ ਇਹ ਵੀ ਪਤਾ ਸੀ ਕਿ ਬੀਅਰ ਦਾ ਨਸ਼ਾ ਹੀ ਹੈ ਜੋ ਰੀਆ ਕੋਲੋਂ ਇਹੋ ਜੀਆਂ ਹਰਕਤਾਂ ਕਰਵਾ ਰਿਹਾ ਹੈ 12 ਵਿੱਚੋਂ ਬਚੀਆਂ ਹੋਈਆਂ 4 ਬੀਅਰਾਂ ਨਾਲ ਲੈ ਕੇ ਦੀਪਾ ਘਰ ਆ ਗਿਆ ਉਹਨੇ ਨਹਾ ਤੋ ਕੇ ਟੀਵੀ ਲਾ ਲਿਆ ਤੇ ਬੈਠੇ ਬੈਠੇ ਦੋ ਬੀਅਰਾਂ ਹੋਰ ਪੀ ਲਈਆਂ ਵਿੱਚ ਤੇ ਉਹਨੇ ਇਸ ਲਈ ਬਚ ਕੇ ਪੀਤੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਕਾਰ ਉਸੇ ਨੂੰ ਹੀ ਚਲਾ ਕੇ ਲਿਜਾਣੀ ਪੈਣੀ ਹੈ ਘੰਟੇ ਕੇ ਬਾਅਦ ਬੂਹਾ ਖੜ ਕੇ ਦੀਪੇ ਨੇ ਦੇਖਿਆ ਰੀਆ ਉਹਦੇ ਬੂਹੇ ਅੱਗੇ ਖੜੀ ਐ ਰੀਆ ਨੇ ਨਹਾ ਧੋ ਕੇ ਕੱਪੜੇ ਬਦਲ ਲਏ ਸਨ ਤੇ ਹੁਣ ਉਹਨੇ ਚਿੱਟੇ ਸਲੀਵਲੈਸ ਟੌਪ ਦੇ ਨਾਲ ਕੈਪਰੀ ਪਾਈ ਸੀ ਦੀਪੇ ਨੇ ਬੂਹਾ ਖੋਲਿਆ ਤਾਂ ਉਹ ਇਹ ਕਹਿੰਦਿਆਂ ਹੋਏ ਅੰਦਰ ਆ ਗਈ ਘਰ ਕੋਈ ਨਹੀਂ ਆਮ ਗੈਟਿੰਗ ਬੋਰਡ ਤੂੰ ਕੀ ਕਰਦਾ ਦੀਪਾ ਪਿੱਛੇ ਹਟਦਾ ਹੋਇਆ ਬੋਲਿਆ ਕੁਝ ਨਹੀਂ ਬਸ ਮੂਵੀ ਦੇਖ ਰਿਹਾ ਹਾਂ ਨਾਲੇ ਸੋਚ ਰਿਹਾ ਸੀ ਕਿ ਪੀਜ਼ਾ ਹੀ ਆਰਡਰ ਕਰ ਲਵਾਂ ਅੱਜ ਕੁਝ ਬਣਾਉਣ ਨੂੰ ਤਾਂ ਜੀ ਨਹੀਂ ਕਰਦਾ ਇਹ ਸੁਣ ਕੇ ਰੀਆ ਕਹਿਣ ਲੱਗੀ ਦੈਟਸ ਗੁੱਡ ਆਈਡੀਆ ਮੇਰੇ ਲਈ ਵੀ ਆਰਡਰ ਕਰ ਲਈ ਆਮ ਨਾਟ ਇਨ ਦਾ ਮੂਡ ਆਫ ਕੁਕਿੰਗ ਈਦਰ ਇਹ ਆਖਦਿਆਂ ਹੀ ਉਹਨੇ ਕਿਚਨ ਕਾਊਂਟਰ ਤੇ ਪਈ ਬੀਅਰ ਚੁੱਕ ਕੇ ਖੋਲ ਲਈ ਅੱਜ ਬਹੁਤ ਫਨ ਹੋਇਆ ਆਈ ਰੀਲੀ ਇੰਜੋਏਡ ਯੋਰ ਕੰਪਨੀ ਇਹ ਕਹਿੰਦਿਆਂ ਹੋਇਆ ਰੀਆ ਸੋਫੇ ਤੇ ਦੀਪੇ ਦੇ ਬਰਾਬਰ ਬੈਠ ਗਈ ਦੀਪਾ ਅੰਦਰੋਂ ਬਹੁਤ ਜੱਕ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਕਿ ਰੀਆ ਜੀ ਚੰਚਲ ਤੇ ਸ਼ਰਾਰਤੀ ਕੁੜੀ ਉਸ ਕੋਲ ਕੱਲੀ ਆਉਣ ਨਾਲ ਕੁਝ ਨਾ ਕੁਝ ਯਕੀਨਨ ਹੋ ਕੇ ਰਹੇਗਾ ਜਿੱਥੇ ਉਹਦੇ ਸੰਸਕਾਰ ਉਹਨੂੰ ਅਜਿਹੀ ਕਿਸੇ ਹਰਕਤ ਤੋਂ ਦੂਰ ਰਹਿਣ ਲਈ ਕਹਿ ਰਹੇ ਸਨ ਉੱਥੇ ਬੀਅਰ ਦਾ ਨਸ਼ਾ ਤੇ ਜਵਾਨੀ ਦੀ ਚੋਟੀ ਤੇ ਬੈਠਾ ਉਹਦੇ ਅੰਦਰਲਾ ਮਰਦ ਉਹਨੂੰ ਕੁਝ ਹੋਲ ਹੈ ਦੇਣ ਲਈ ਉਕਸਾ ਵੀ ਰਹੇ ਸਨ ਮੂਵੀ ਦੇਖਦੇ ਆਂ ਜਦੋਂ ਦੀਪੇ ਨੇ ਦੋ ਕੁ ਵਾਰ ਆਪਣੀ ਅੱਖਾਂ ਮਲੀਆਂ ਰੀਆ ਨੂੰ ਜਦੋਂ ਇੱਕ ਪੱਜ ਜਿਹਾ ਲੱਗ ਗਿਆ ਉਹ ਦੀਪੇ ਨੂੰ ਕਹਿਣ ਲੱਗੇ ਓ ਡੀਅਰ ਲੱਗਦਾ ਮੁੰਡਾ ਥੱਕ ਗਿਆ ਅੱਜ ਵਾਈ ਡੋਨਟ ਯੂ ਟੇਕ ਅ ਨੈਪ ਕਮ ਆਨ ਸਲੀਪ ਇਨ ਮਾਈ ਲੈਪ ਇਆ ਆਕਯੋ ਨੇ ਦੀਪੇ ਨੂੰ ਧੌਣ ਨੂੰ ਹੱਥ ਪਾ ਕੇ ਉਹਨੂੰ ਆਪਣੇ ਵਾਲੇ ਪਾਸੇ ਨੂੰ ਖਿੱਚਦੇ ਆ ਲੰਮਾ ਪਾਉਣ ਦੀ ਕੋਸ਼ਿਸ਼ ਕੀਤੀ ਦੀਪੇ ਨੇ ਬਥੇਰਾ ਨੋ ਨੋ ਐ ਮੋਕੇ ਕਹਿ ਕੇ ਬਚਨ ਦੀ ਕੋਸ਼ਿਸ਼ ਕੀਤੀ ਪਰ ਰੀਆ ਨੇ ਇੱਕ ਤਰ੍ਹਾਂ ਉਹਨੂੰ ਆਪਣੇ ਉੱਪਰ ਢੇਰੀ ਜਿਹਾ ਕਰ ਲਿਆ ਦੀਪੇ ਨੇ ਵੀ ਬੇਅਰ ਦੇ ਜ਼ਰੂਰ ਚ ਛੇਤੀ ਜ਼ਿੱਦ ਛੱਡਤੀ ਸੋਫੇ ਤੇ ਰੀਆ ਦੇ ਪੱਟਾਂ ਤੇ ਸਿਰ ਰੱਖ ਕੇ ਲੰਮਾ ਪੈ ਗਿਆ ਉਹਨੇ ਅੱਖਾਂ ਬੰਦ ਕਰ ਲਈਆਂ ਤੇ ਸੌਣ ਦਾ ਨਾਟਕ ਕਰਨ ਲੱਗਾ ਜਦੋਂ ਕਿ ਇਸ ਹਾਲਤ 'ਚ ਤਾਂ ਉਹਦੇ ਫਰਿਸ਼ਤੇ ਵੀ ਨਹੀਂ ਸੀ ਸੌ ਸਕਦੇ ਰੀਆ ਦਾ ਹੱਥ ਉਹਦੇ ਵਾਲਾਂ 'ਚ ਫੇਰਨ ਲੱਗ ਪਿਆ ਤਿੰਨ ਚਾਰ ਮਿੰਟ ਲੰਘਣ ਤੋਂ ਬਾਅਦ ਦੀਪੇ ਨੂੰ ਆਪਣੇ ਚਿਹਰੇ ਤੇ ਗਰਮ-ਗਰਮ ਸਾਹਾਂ ਦੀ ਛੋਹ ਜਿਹੀ ਮਹਿਸੂਸ ਹੋਈ ਉਹਨੇ ਅੱਖਾਂ ਨਾ ਖੋਲੀਆਂ ਪਰ ਉਹ ਸਮਝ ਚੁੱਕਾ ਸੀ ਕਿ ਰੀਆ ਦਾ ਚਿਹਰਾ ਉਹਦੇ ਚਿਹਰੇ ਤੇ ਐਨ ਚੁੱਕਿਆ ਹੋਇਆ ਅਚਾਨਕ ਫੇਰ ਸਾਰਾ ਕੁਝ ਪਹਿਲਾਂ ਵਾਂਗ ਹੋ ਗਿਆ ਸ਼ੈਦ ਰੀਆ ਨੇ ਕੁਝ ਸੋਚ ਕੇ ਉਹਨੂੰ ਚੁੰਮਣ ਦਾ ਵਿਚਾਰ ਤਿਆਗ ਦਿੱਤਾ ਉਹਨੇ ਅੱਖਾਂ ਨਾ ਖੋਲੀਆਂ ਪਰ ਬੁੱਲੀਆਂ 'ਚ ਮੁਸਕਰਾ ਪਿਆ ਯੂ ਨਾਟੀ ਜਾਗਦਾ ਪਿਆ ਇਹ ਕਹਿ ਕੇ ਰੀਆ ਨੇ ਉਹਦੇ ਚਿਹਰੇ ਤੇ ਲਾਰਡ ਨਾਲ ਹਲਕੀ ਜਿਹੀ ਚਪੇੜ ਮਾਰੀ ਚਪੇੜ ਤੋਂ ਬਾਅਦ ਜਦੋਂ ਦੀਪਾ ਫਿਰ ਮੁਸਕਰਾਇਆ ਤੇ ਰੀਆ ਕਹਿਣ ਲੱਗੀ ਓਕੇ ਲੱਗਦਾ ਤੈਨੂੰ ਠੀਕ ਕਰਨਾ ਹੀ ਪੈਣਾ ਇਹ ਕਹਿ ਕੇ ਐਤਕਿਓ ਨੇ ਬਹੁਤ ਤੇਜ਼ੀ ਨਾਲ ਆਪਣੇ ਬੁੱਲ ਦੀਪੇ ਦੇ ਬੁੱਲਾਂ ਤੇ ਰੱਖ ਦਿੱਤੇ ਦੀਪੇ ਦਾ ਸਰੀਰ ਤਾਂ ਪਹਿਲਾਂ ਹੀ ਅੱਗ ਵਾਂਗ ਮੱਚਿਆ ਪਿਆ ਸੀ ਉਹਨੇ ਅੱਖਾਂ ਖੋਲ ਲਈਆਂ ਉਹਦਾ ਇੱਕ ਹੱਥ ਆਪਣੇ ਆਪ ਹੀ ਰੀਆ ਦੀ ਧੌਣ ਦੇ ਪਿਛਲੇ ਪਾਸੇ ਚਲਾ ਗਿਆ ਰੀਆ ਦੀਪੇ ਵੱਲੋਂ ਮਿਲੇ ਇਸ ਮੂਖ ਹੰਗਾਰੇ ਨਾਲ ਇੱਕਦਮ ਬਹੁਤ ਉਤਸ਼ਾਹਿਤ ਹੋ ਗਈ ਦੀਪੇ ਦੀ ਸ਼ਰਟ ਦੇ ਬਟਨ ਖੋਲਣ ਲੱਗ ਪਈ ਦੀਪੇ ਦਾ ਕਿਸੇ ਔਰਤ ਦੇ ਇਨਾਂ ਨੇੜੇ ਹੋਣ ਦਾ ਇਹ ਪਹਿਲਾ ਤਜਰਬਾ ਸੀ ਇਸ ਪਿਛੇ ਉਹ ਕਾਮਦੇ ਹੱਥਾਂ ਦੀਆਂ ਕਟਪੁਤਲੀਆਂ ਬਣ ਕੇ ਰਹਿ ਗਈ ਉਹਨਾਂ ਦੇ ਸਹਿਵਾਸਟ ਰੀਆ ਇੱਕ ਤਜਰਬੇਕਾਰ ਖਿਡਾਰੀ ਵਾਂਗ ਖੇਲਦੀ ਰਹੀ ਦੀਪਕ ਕਿਸੇ ਨੌ ਸਿੱਖੀਏ ਜੁਆਕ ਵਾਂਗ ਰੀਆ ਦੀਆਂ ਹਦਾਇਤਾਂ ਨੂੰ ਪਾਲਣਾ ਕਰਦਾ ਰਿਹਾ ਸਰੀਰ ਦੀ ਅਗਨ ਇੱਕ ਵਾਰ ਸ਼ਾਂਤ ਕਰਨ ਮਗਰੋਂ ਉਹਨਾਂ ਨੇ ਪੀਜ਼ਾ ਆਰਡਰ ਕੀਤਾ ਰੀਆ ਦੀਪੇ ਦੀ ਗੋਦ 'ਚ ਬੈਠੀ ਕਿਸੇ ਨਿੱਕੇ ਜਿਹੇ ਨਿਆਣੇ ਵਾਂਗ ਬਾਰ-ਬਾਰ ਉਹ ਦਮੂਨ ਚੁੰਮੀ ਜਾ ਰਹੀ ਸੀ 8:00 ਵਜੇ ਪੀਜ਼ਾ ਖਾਣ ਮਗਰੋਂ ਦੁਬਾਰਾ ਦੀਪੇ ਦੇ ਬੈੱਡਰੂਮ ਚ ਚਲੇ ਗਿਆ ਦੀਪੇ ਨੂੰ ਲੱਗ ਰਿਹਾ ਸੀ ਕਿ ਰਿਆਜੀ ਉਹਨੂੰ ਇਸ ਖੇਡ ਦੇ ਸਾਰੇ ਦਾ ਪੇਟ ਸਿਖਾ ਕੇ ਹਟੇਗੀ ਸਵੇਰੇ 7:00 ਵਜੇ ਰਿਆ ਉੱਠ ਕੇ ਉੱਪਰ ਆਪਣੇ ਘਰ ਚਲੀ ਗਈ ਜਦਕਿ ਦੀਪਾ ਦਿਨ ਦੇ 11:30 ਵਜੇ ਤੱਕ ਸੁੱਤਾ ਰਿਹਾ 12:00 ਵਜੇ ਜਦੋਂ ਦੀਪਾ ਬਾਹਰ ਲਾਂਡਰੀ ਕਰਨ ਗਿਆ ਤਾਂ ਉਹਨੇ ਦੇਖਿਆ ਰਿਆ ਦੇ ਡੈਡੀ ਮੰਮੀ ਤੇ ਛੋਟਾ ਭਰਾ ਗੱਡੀ ਚ ਉਤਰ ਰਹੇ ਸਨ ਇਸ ਲਈ ਉਹਨੇ ਮੁੜ ਕੇ ਰਿਆ ਨੂੰ ਫੋਨ ਕਰਨਾ ਠੀਕ ਨਾ ਸਮਝਿਆ ਦੀਪੇ ਦਾ ਬਾਕੀ ਬਚਿਆ ਸਾਰਾ ਦਿਨ ਘਰ ਦੀ ਸਾਫ-ਸਫਾਈ ਕਰਨ 'ਚ ਲੰਘ ਗਿਆ ਤੇ ਸੋਮਵਾਰ ਕੰਮ ਤੋਂ ਵਾਪਸ ਆ ਕੇ ਉਹਨੇ ਰੀਆ ਨੂੰ ਮੈਸੇਜ ਕੀਤਾ ਤੇ ਉਹਦਾ ਹਾਲ-ਚਲ ਪੁੱਛਿਆ ਰੀਆ ਵੱਲੋਂ ਕੋਈ ਜਵਾਬ ਨਾ ਆਇਆ ਫਿਰ 2 3/2 ਘੰਟੇ ਬਾਅਦ ਰੀਆ ਨੇ ਮੈਸੇਜ ਲਿਖਿਆ ਮੈਂ ਟੋਰਾਂਟੋ ਆ ਗਈਆਂ ਟਾਕ ਟੂ ਯੂ ਸਮ ਅਦਰ ਟਾਈਮ ਦੀਪਾ ਹੈਰਾਨ ਰਹਿ ਗਿਆ ਰੀਆ ਟੋਰਾਂਟੋ ਵਾਪਸ ਵੀ ਚਲੀ ਗਈ ਸੀ ਤੇ ਉਹਨੇ ਜਾਣ ਲੱਗੇ ਉਹਨੂੰ ਇੱਕ ਮੈਸੇਜ ਵੀ ਨਹੀਂ ਸੀ ਕੀਤਾ ਉਸ ਤੋਂ ਬਾਅਦ ਕਈ ਦਿਨੋਂ ਨੇ ਕਈ ਵਾਰ ਰੀਆ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਹੀ ਰੀਆ ਨੇ ਮੁੜ ਕੇ ਕਦੇ ਫੋਨ ਚੁੱਕਿਆ ਨਾ ਹੀ ਕਿਸੇ ਮੈਸੇਜ ਦਾ ਜਵਾਬ ਦਿੱਤਾ ਦੀਪਾਈ ਕਾਜੀਬ ਜੀ ਕਸ਼ਮਕਸ਼ ਸੀ ਕੀ ਰੀਆ ਉਹਨੂੰ ਪਿਆਰ ਕਰਦੀ ਸੀ ਜਾਂ ਫਿਰ ਉਹਨੇ ਇੱਕ ਰਾਤ ਟਾਈਮ ਹੀ ਪਾਸ ਕੀਤਾ ਸੀ ਕੀ ਕੋਈ ਕੁੜੀ ਇੰਜ ਵੀ ਕਰ ਸਕਦੀ ਹੈ ਭਾਵੇਂ ਕੋਈ ਜਾਣਦਾ ਸੀ ਕਿ ਕੈਨੇਡਾ ਦੇ ਜੰਪਲ ਜ਼ਿੰਦਗੀ ਦੇ ਨਾਲ ਪਹਿਲੂਆਂ ਬਾਰੇ ਬਿਲਕੁਲ ਵੱਖਰਾ ਨਜ਼ਰੀਆ ਰੱਖਦੀ ਹੈ ਫਿਰ ਵੀ ਉਹਦਾ ਮਨ ਰੀਆ ਬਾਰੇ ਜੇ ਆ ਕੁਝ ਮੰਨਣ ਲਈ ਤਿਆਰ ਨਹੀਂ ਸੀ। ਕੈਨੇਡਾ ਦੇ ਮੁੰਡੇ ਕੁੜੀਆਂ ਬਾਰੇ ਵਨ ਨਾਈਟ ਸਟੈਂਡ ਦੀਆਂ ਗੱਲਾਂ ਤਾਂ ਉਹਨੇ ਸੁਣੀਆਂ ਸੀ ਪਰ ਉਹਨੂੰ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਯਕੀਨ ਨਹੀਂ ਸੀ ਆ ਰਿਹਾ। ਹਾਲਾਂਕਿ ਉਹਨੇ ਆਪਣੀ ਪਤਨੀ ਦਾ ਤਸੱਬਰ ਕਦੇ ਵੀ ਇੱਕ ਬੀਅਰ ਪੀਣ ਵਾਲੀ ਤੇ ਕਾਮਕਲਾਚ ਨਿਪੁੰਨ ਔਰਤ ਦੇ ਤੌਰ ਤੇ ਨਹੀਂ ਸੀ ਕੀਤਾ। ਫਿਰ ਵੀ ਉਹਨੂੰ ਰੀਆ ਨਾਲ ਥੋੜਾ ਲਗਾ ਤਾਂ ਹੋ ਹੀ ਗਿਆ ਸੀ। ਰੀਆ ਦਾ ਚੰਚਲ ਤੇ ਬੇਬਾਕ ਸੁਭਾਅ, ਹਾਸਾ ਮਜ਼ਾਕ ਉਹਨੂੰ ਭਾ ਗਏ ਸਨ ਤਿੰਨ ਹਫਤੇ ਬੀਤ ਜਾਣ ਤੇ ਵੀ ਜਦੋਂ ਰੀਆ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਇੱਕ ਦਿਨ ਦੀਪੇ ਨੇ ਜੈਸ ਨੂੰ ਫੋਨ ਕਰ ਲਿਆ ਜੈਸ ਦੇ ਹੈਲੋ ਕਹਿਣ ਤੋਂ ਬਾਅਦ ਦੀਪਾ ਇੱਕਦਮ ਮੁੱਦੇ ਤੇ ਆ ਕੇ ਪੁੱਛਣ ਲੱਗਾ ਜੈਸ ਇਹ ਪਹਿਲਾਂ ਰੀਆ ਕਿੱਦਾਂ ਦੀ ਕੁੜੀ ਹੈ ਜੈਸ ਹੱਸਦਿਆਂ ਕਹਿਣ ਲੱਗੇ ਕਿਉਂ ਕੀ ਗੱਲ ਹੋਈ ਮਾਈ সুইਟ ਬ੍ਰਦਰ ਤੈਨੂੰ ਨਹੀਂ ਪਤਾ ਕਿੱਦਾਂ ਦੀ ਹੈ ਉਸ ਦਿਨ ਤੂੰ ਵੀ ਤਾਂ ਸਾਰਾ ਦਿਨ ਉਹਦੇ ਨਾਲ ਰਿਹਾ ਸੀ ਜੈਸ ਦੇ ਇਸ ਜਵਾਬ ਤੋਂ ਦੀਪਾ ਇੱਕਦਮ ਸਖ ਪਕਾ ਗਿਆ ਤੇ ਗੱਲ ਨੂੰ ਹੋਰ ਪਾਸੇ ਮੋੜਦਿਆਂ ਕਹਿਣ ਲੱਗਾ ਨਹੀਂ ਜੈਸ ਦਰਅਸਲ ਗੱਲ ਇਦਾਂ ਸੀ ਕਿ ਉਹ ਮੇਰੇ ਨਾਲ ਘਰ ਤੱਕ ਆਈ ਪਰ ਉਹਨੇ ਇੱਕ ਵਾਰ ਵੀ ਨਹੀਂ ਦੱਸਿਆ ਕਿ ਮੈਂ ਕੱਲ ਟ੍ਰਾਂਟੋ ਚਲੀ ਜਾਣਾ ਅਗਲੇ ਦਿਨ ਜਦੋਂ ਮੈਂ ਹਾਲਚਾਲ ਪੁੱਛਣ ਲਈ ਮੈਸੇਜ ਕੀਤਾ ਫਿਰ ਉਹਨੇ ਦੱਸਿਆ ਕਿ ਉਹ ਟ੍ਰਾਂਟੋ ਪਹੁੰਚ ਗਈ ਹੈ ਉਹਦੇ ਪਿੱਛੋਂ ਉਹਨੇ ਕੋਈ ਫੋਨ ਜਾਂ ਮੈਸੇਜ ਕੀਤਾ ਹੀ ਨਹੀਂ ਨਾ ਹੀ ਮੇਰੇ ਕਿਸੇ ਮੈਸੇਜ ਦਾ ਜਵਾਬ ਦਿੱਤਾ ਉਹ ਅੱਛਾ ਪਹਿਲਾਂ ਉਹ ਤੈਨੂੰ ਟ੍ਰਾਂਟੋ ਤੋਂ ਮੈਸੇਜ ਕਰਦੀ ਹੁੰਦੀ ਸੀ ਖਿੜਖੜਾ ਕੇ ਹੱਸਦੇ ਆ ਜੈਸ ਨੇ ਸਵਾਲ ਕਰਤਾ ਨਹੀਂ ਯਾਰ ਪਹਿਲਾਂ ਉਹ ਕਿਹੜਾ ਮੈਨੂੰ ਜਾਣਦੀ ਸੀ ਇੰਨਾ ਉਤਾਤ ਕੀ ਮਾੜੀ ਮੋਟੀ ਫਰੈਂਡ ਬਣੀ ਐ ਮੈਂ ਤਾਂ ਉੰਜ ਹੀ ਪੁੱਛ ਰਿਹਾ ਮੈਂ ਕਿਹਾ ਚੱਲ ਖਾਲਚਾਲ ਹੀ ਦੱਸ ਦਿੰਦਾ ਬੰਦਾ ਦੀਪਾ ਜੀ ਦੀਪਾ ਜੀ ਤੋੜ ਕੋਸ਼ਿਸ਼ ਕਰ ਰਿਆ ਸੀ ਕਿ ਜੈਸ ਕੋਈ ਗਲਤ ਮਤਲਬ ਨਾ ਕੱਢੇ ਮਾਈ ਡੀਅਰ ਬ੍ਰਦਰ ਜਦੋਂ ਤੂੰ ਤੜਫ ਰਿਹਾ ਮੈਨੂੰ ਲੱਗਦਾ ਨਹੀਂ ਕਿ ਇਹ ਸਿਰਫ ਮਾੜੀ ਮੋਟੀ ਦੋਸਤੀ ਆ ਕਿ ਤੇਰੀ ਆ ਦੀ ਫਲਰਟਿੰਗ ਨੂੰ ਲੈ ਕੇ ਜਿਆਦਾ ਸੀਰੀਅਸ ਤਾਂ ਨਹੀਂ ਹੋ ਗਿਆ ਜੈਸ ਦੀਪੇ ਦੀ ਘਬਰਾੜ ਦਾ ਪੂਰਾ ਸਵਾਦ ਲੈ ਰਹੀ ਸੀ ਚੱਲ ਚੰਗਾ ਬਾਬਾ ਮੈਂ ਗਲਤੀ ਕਰ ਲਈ ਜੋ ਤੇਰੇ ਕੋਲੋਂ ਪੁੱਛ ਲਿਆ ਮੈਨੂੰ ਮਾਫ ਕਰ ਨਾਲੇ ਮੈਂ ਕੀ ਲੈਣਾ ਕੋਈ ਕਿਤੇ ਵੀ ਹੋਵੇ ਰਾਜ਼ੀ ਰਹਿਣ ਸਾਰੇ ਦੀਪੱਖ ਖਿਜ ਕੇ ਜੈਸ ਕੋਲੋਂ ਪਿੱਛਾ ਚ ਡਾਉਣ ਦੀ ਕੋਸ਼ਿਸ਼ ਕਰਦੇ ਆ ਕਹਿਣ ਲੱਗਾ ਇਹ ਸੁਣ ਕੇ ਜੈਸ ਬਹੁਤ ਜ਼ੋਰ ਨਾਲ ਹਸੀ ਤੇ ਫਿਰ ਦੀਪੇ ਨੂੰ ਸਮਝਾਉਂਦੇ ਆ ਕਹਿਣ ਲੱਗੀ ਰੀਆ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਇਹੋ ਜੇ ਹਾਸੇ ਮਜ਼ਾਕ ਕਰਨਾ ਉਹਦੀ ਆਦਤ ਹੈ ਤੇਰੇ ਨਾਲ ਵੀ ਬਸ ਐਵੇਂ ਛੇੜਛਾੜ ਕਰਦੀ ਸੀ ਉਦੋਂ ਉਸ ਕੋਲ ਆਲਰੇਡੀ ਬੁਆਏਫਰੈਂਡ ਹੈਗਾ ਟੋਰਾਂਟੋ ਅੱਪੇ ਕਰ ਲੂ ਫੋਨ ਜਦੋਂ ਟਾਈਮ ਲੱਗਾ ਹੋ ਸਕਦਾ ਆਪਣੇ ਬாய்ਫਰੈਂਡ ਦੇ ਸਾਹਮਣੇ ਤੈਨੂੰ ਫੋਨ ਕਰਨ ਨੂੰ ਹਿਚਕਚਾਉਂਦੀ ਹੋਵੇ ਸੋਚਦੀ ਹੋਊ ਕਿ ਕਿਤੇ ਉਹਦਾ ਬாய்ਫਰੈਂਡ ਬੁਰਾ ਨਾ ਬਣਾ ਲੈ ਨਾਲੇ ਅਗਲੇ ਮਹੀਨੇ ਉਹਦੀ ਇੰਗੇਜਮੈਂਟ ਹੈ ਜੇ ਉਹ ਹੀ ਉਹਦੀ ਜ਼ਿਆਦਾ ਹੀ ਯਾਦ ਆਉਂਦੀ ਹੈ ਤਾਂ ਜਾ ਹੀ ਟੋਰਾਂਟੋ ਇੰਗੇਜਮੈਂਟ ਤੇ ਜੈਸ ਦੀ ਗੱਲ ਸੁਣ ਕੇ ਦੀਪੇ ਨੂੰ ਸੱਪਸ ਹੋ ਗਿਆ ਉਹਨੇ ਬੜੀ ਮੁਸ਼ਕਲ ਨਾਲ ਓਕੇ ਬਾਈ ਕਹਿ ਕੇ ਫੋਨ ਕੱਟਿਆ ਰੀਆ ਦਾ ਬாய்ਫਰੈਂਡ ਸੀ ਤੇ ਹੁਣ ਇੰਗੇਜਮੈਂਟ ਹੈ ਹੇ ਵਾਈ ਗਰੂ ਕਿੱਦਾਂ ਦੀ ਕੁੜੀ ਐ ਸਾਇਆਂ ਕਿਤੇ ਵਧਾਈਆਂ ਕਿਤੇ ਦੀਪੇ ਦਾ ਦਿਮਾਗ ਕਹਿ ਰਿਹਾ ਸੀ ਕਿ ਰੀਆ ਬਹੁਤ ਹੀ ਗਿਰੇ ਹੋਏ ਕਿਰਦਾਰ ਦੀ ਕੁੜੀ ਐ ਪਰ ਉਹਦਾ ਦਿਲ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਰੀਆ ਵੱਲੋਂ ਦਿਖਾਇਆ ਗਿਆ ਆਪਣਾ ਪਨ ਉਹਦੇ ਅੰਦਰ ਲੀਆਂ ਤਾਰਾਂ ਛੇੜ ਗਿਆ ਸੀ ਕਿ ਉਹਨੂੰ ਰੀਆ ਨਾਲ ਪਿਆਰ ਹੋ ਗਿਆ ਸੀ ਨਹੀਂ ਨਹੀਂ ਉਹਨੂੰ ਰੀਆ ਨਾਲ ਕਿੱਦਾਂ ਪਿਆਰ ਹੋ ਸਕਦਾ ਉਹ ਤਾਂ ਬੀਅਰ ਪੀਣ ਵਾਲੀ ਬੀਚ ਤੇ ਨੰਗਿਆਂ ਹੋ ਕੇ ਘੁੰਮਣ ਵਾਲੀ ਮੌਕਾ ਮਿਲਣ ਤੇ ਕਾਮ ਵਾਸਨਾ ਦਾ ਖੇਡ ਖੇਡਣ ਵਾਲੀ ਕੁੜੀ ਐ ਇਹੋ ਜੀ ਕੁੜੀ ਨੂੰ ਤਾਂ ਉਹਦੇ ਫਰਿਸ਼ਤੇ ਵੀ ਚਾਹ ਨਹੀਂ ਸਕਦੇ ਫਿਰ ਕਿਉਂ ਉਹਨੂੰ ਬਾਰ-ਬਾਰ ਰੀਆ ਯਾਦ ਆਉਂਦੀ ਰਹਿੰਦੀ ਹੈ ਜੇ ਰੀਆ ਇਸ ਰਿਸ਼ਤੇ ਨੂੰ ਅੱਗੇ ਵਧਾਉਂਦੀ ਤਾਂ ਕੀ ਉਸ ਨਾਲ ਵਿਆਹ ਕਰਵਾ ਲੈਂਦਾ ਦੀਪਕ ਖੁਦ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ ਮਹਿਸੂਸ ਕਰ ਰਿਹਾ ਸੀ ਹਫ਼ਤੇ ਕੁ ਵਿੱਚ ਚੰਗੇ ਭਲੇ ਦੀਪੇ ਨੂੰ ਇੱਕ ਜ਼ਖਮ ਦੇ ਕੇ ਤੁਰ ਗਈ ਸੀ ਇਹ ਕੁੜੀ ਅਸਲ 'ਚ ਦੀਪੇ ਦੀ ਜ਼ਿੰਦਗੀ 'ਚ ਉਹ ਪਹਿਲੀ ਔਰਤ ਸੀ ਜੋ ਉਹਦੇ ਜਿਸਮ ਦੇ ਨਾਲ-ਨਾਲ ਉਹਦੀ ਰੂਹ ਨੂੰ ਵੀ ਛੇੜ ਗਈ ਸੀ ਮੁੰਡਾ ਹੋਵੇ ਜਾਂ ਕੁੜੀ ਪਿਆਰ ਦੀ ਪਹਿਲੀ ਛੂਹ ਹਮੇਸ਼ਾ ਯਾਦ ਰਹਿੰਦੀ ਹੈ ਸ਼ੈਦੀ ਵੀ ਇੱਕ ਕਾਰਨ ਸੀ ਕਿ ਦੀਪਾ ਰਿਆ ਨੂੰ ਭੁੱਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਭੁਲਾ ਨਹੀਂ ਸੀ ਸਕਿਆ ਵਕਤ ਬੀਤਦਾ ਗਿਆ 1.5 ਸਾਲ ਹੋਰ ਨਿਕਲ ਗਿਆ ਦੀਪੇ ਦੀ ਜ਼ਿੰਦਗੀ ਚ ਉਹੀ ਪੁਰਾਣੇ ਕੰਮਕਾਰ ਤੇ ਦੋਸਤਾਂ ਮਿੱਤਰਾਂ ਦਾ ਸਿਲਸਿਲਾ ਚੱਲਦਾ ਰਿਹਾ ਪਹਿਲੇ ਪਿਆਰ ਦੀ ਕਸਕੋ ਦੇ ਅੰਦਰੋਂ ਕਦੇ ਨਿਕਲ ਨਾ ਸਕੇ ਫਿਰ ਇੱਕ ਦਿਨ ਜੈਸ ਨੇ ਫੋਨ ਤੇ ਦੱਸਿਆ ਕਿ ਰਿਆ ਦਾ ਵਿਆਹ ਹੋ ਗਿਆ ਦੀਪੇ ਦੀ ਰਹਿੰਦੀ ਖੁੰਦੀ ਆਸ ਵੀ ਖਤਮ ਹੋ ਗਈ ਇੱਕ ਦਿਨ ਕਰਨੈਲ ਸਿੰਘ ਦਾ ਫੋਨ ਆਇਆ ਉਹ ਦੀਪੇ ਨੂੰ ਕਹਿਣ ਲੱਗਾ ਦੀਪੇ ਤੂੰ ਹਾਈਥੇ ਕੀ ਕਰੀ ਜਾਂਦਾ ਕਦੇ ਮਿਲਣ ਵੀ ਨਹੀਂ ਆਇਆ ਮੈਂ ਤਾਂ ਕਹਿਣਾ ਤੂੰ ਵੀ ਸਾਡੇ ਕੋਲ ਹੀ ਆ ਜਾ ਇੱਥੇ ਦੋਨੋਂ ਭਰਾ ਰਲ ਕੇ ਕੰਮ ਕਰੋ ਦੋਵੇਂ ਕੁਝ ਪੈਸੇ ਪਾ ਕੇ ਵੱਡਾ ਘਰ ਲੈ ਕੇ ਇਕੱਠੇ ਰਹੋ ਹੁਣ ਤੂੰ ਵੀ ਇੱਥੇ ਕਿਰਾਏ ਤੇ ਰਹਿਣਾ ਇਹ ਵੀ ਇੱਥੇ ਕਿਰਾਏ ਦੇ ਅਪਾਰਟਮੈਂਟ 'ਚ ਰਹਿਣ ਡਿਆ ਦੀਪਕ ਕਈ ਦਿਨ ਕਰਨੈਲ ਸਿੰਘ ਦੀ ਤਜ਼ਵੀਜ਼ ਤਜ਼ਵੀਜ਼ ਤੇ ਵਿਚਾਰ ਕਰਦਾ ਰਿਹਾ ਉਸ ਕੋਲ 60k ਹਜ਼ਾਰ ਡਾਲਰ ਜੋੜਿਆ ਹੋਇਆ ਸੀ ਉਂਝ ਵੀ ਜਦੋਂ ਦਾ ਉਹਨੂੰ ਪਤਾ ਲੱਗਾ ਸੀ ਕਿ ਰੀਆ ਦਾ ਵਿਆਹ ਹੋ ਗਿਆ ਉਹਨੂੰ ਆਪਣੀ ਜ਼ਿੰਦਗੀ ਬਹੁਤੀ ਰੁੱਖੀ ਰੁੱਖੀ ਜੀ ਲੱਗਣ ਲੱਗ ਪਈ ਰੀਆ ਤੋਂ ਇਲਾਵਾ ਹੋਰ ਕੋਈ ਕੁੜੀ ਵੀ ਉਹਦੀ ਜ਼ਿੰਦਗੀ 'ਚ ਨਹੀਂ ਸੀ ਆਈ ਬਹੁਤ ਸੋਚ ਸਮਝ ਕੇ ਉਹਨੇ ਜਾਰਜੀਆ ਜਾਣ ਦਾ ਫੈਸਲਾ ਕਰ ਲਿਆ ਇੱਕ ਮਹੀਨੇ 'ਚ ਸਭ ਕੁਝ ਸਮੀਟ ਕੇ ਅਮਰੀਕਾ ਦਾ ਵਿਜ਼ਟਰ ਵੀਜ਼ਾ ਲਵਾ ਕੇ ਜਾਰਜੀਆ ਉੱਡ ਗਿਆ ਦੀਪੇ ਨੇ ਜਾਂਦਿਆਂ ਹੀ ਪੈਸੇ ਕਰਨੈਲ ਸਿੰਘ ਦੇ ਹਵਾਲੇ ਕਰ ਦਿੱਤੇ ਮਹੀਨੇ 'ਚ ਹੀ ਉਹਨਾਂ ਨੇ ਘਰ ਦਾ ਸੌਦਾ ਕਰ ਲਿਆ ਦੀਪੇ ਕੋਲ ਜੇ ਅਮਰੀਕਾ 'ਚ ਕੋਈ ਪੱਕਾ ਸਟੇਟਸ ਨਹੀਂ ਸੀ ਇਸ ਲਈ ਘਰ ਗੇਲੇ ਦੇ ਨਾਂ ਤੇ ਹੀ ਖਰੀਦਿਆ ਗਿਆ ਦੀਪਾ ਇਹ ਨਹੀਂ ਦਿਨੀ ਘਰ ਵੇਲਾ ਹੀ ਸੀ ਤੇ ਇੱਕ ਵਕੀਲ ਨੂੰ ਮਿਲ ਕੇ ਅਮਰੀਕਾ 'ਚ ਕੋਈ ਸਟੇਟਸ ਲੈਣ ਲਈ ਕੋਸ਼ਿਸ਼ ਕਰ ਰਿਹਾ ਸੀ ਇਸ ਤੋਂ ਇਲਾਵਾ ਉਹ ਗੇਲੇ ਦੇ ਦੋਹਾਂ ਬੱਚਿਆਂ ਨਾਲ ਖੇਡਦਾ ਰਹਿੰਦਾ ਦੀਪੇ ਦੀ ਭਾਬੀ ਸੁਸ਼ੀਲ ਕੌਰ ਬੜੀ ਤੇਜ਼ ਤਰਾਰ औरत ਸੀ ਦੀਪੇ ਤੋਂ ਪੈਸੇ ਤਾਂ ਲੈ ਹੀ ਲਏ ਸਨ ਪਰ ਹੁਣ ਉਹਦਾ ਦੀਪੇ ਨੂੰ ਘਰ 'ਚ ਰੱਖਣ ਦਾ ਕੋਈ ਇਰਾਦਾ ਨਹੀਂ ਸੀ ਪਤਾ ਨਹੀਂ ਸੁਸ਼ੀਲ ਨੇ ਗੇਲੇ ਦੀ ਨੂੰ ਕੀ ਪੱਟੀ ਪਾਈ ਗੇਲਾ ਦੀਪੇ ਨਾਲ ਵਟਿਆ-ਵਟਿਆ ਜੇ ਰਹਿਣ ਲੱਗ ਪਿਆ। ਫਿਰ ਇੱਕ ਦਿਨ ਕਰਨੈਲ ਸਿੰਘ ਤੇ ਸਵਰਨ ਕੌਰ ਨੇ ਉਹਨੂੰ ਆਪਣੇ ਕਮਰੇ 'ਚ ਸੱਦਿਆ। ਕਰਨੈਲ ਸਿੰਘ ਨੇ ਖੰਘੂਰਾ ਮਾਰ ਕੇ ਗੱਲ ਸ਼ੁਰੂ ਕੀਤੀ ਦੀਪੇ ਤੇਰਾ ਆਪਣੀ ਭਾਬੀ ਨਾਲ ਕੋਈ ਪੰਗਾ ਵੀ ਪਿਆ ਆਪਣਾ। ਦੀਪਾ ਆਪਣੇ ਬਾਪ ਦੇ ਮੂੰਹੋਂ ਇਹ ਸੁਣ ਕੇ 당ਗ ਰਹਿ ਗਿਆ ਉਹ ਹੈਰਾਨ ਹੁੰਦਿਆਂ ਬੋਲਿਆ ਨਹੀਂ ਪਾਪਾ ਕਿਉਂ ਕੀ ਗੱਲ ਕੋਈ? ਪਤਾ ਨਹੀਂ ਗੇਲਾ ਸਵੇਰੇ ਦੱਸਦਾ ਸੀ ਵੀ ਸੁਸ਼ੀਲ ਕਹਿੰਦੀ ਹੈ ਕਿ ਤੂੰ ਉਹਨੂੰ ਕੁਝ ਗਲਤ ਬੋਲਿਆ। ਨਾਲੇ ਨਿਆਣਿਆਂ ਨੂੰ ਵੀ ਕੁਝ ਗਲਤ ਸਿਖਾਉਣਾ ਹੈ। ਕਰਨੈਲ ਸਿੰਘ ਨੀਵੀਂ ਪਾ ਕੇ ਕਿਹਾ ਇਹ ਸੁਣ ਕੇ ਦੀਪੇ ਦਾ ਸਿਰ ਘੁੰਮਣ ਲੱਗ ਪਿਆ ਹਾਏ ਰੱਬਾ ਇਹ ਝੂਠੇ ਇਲਜ਼ਾਮਾ ਨੇ ਮੇਰਾ ਪਿੱਛਾ ਕਦੋਂ ਛੱਡਣਾ ਦੀਪਾ ਛੱਤ ਵੱਲ ਦੇਖਦਾ ਹੋਇਆ ਆਪਣੇ ਮੂੰਹ 'ਚ ਬੜਬੜਾਇਆ ਇਹ ਤੋਂ ਪਹਿਲਾਂ ਕਰਨੈਲ ਸਿੰਘ ਕੁਝ ਹੋਰ ਕਹਿਣ ਲਈ ਮੂੰਹ ਖੋਲਦਾ ਦੀਪਾ ਕਮਰੇ 'ਚੋਂ ਬਾਹਰ ਨਿਕਲ ਗਿਆ ਦੀਪੇ ਅੱਗੇ ਸਾਰੀ ਕਹਾਣੀ ਸਾਫ਼ ਹੋ ਗਈ ਸੀ ਗੇਲੇ ਨੇ ਉਹਦੀ ਜੇਬ 'ਚੋਂ ਸਾਰੇ ਪੈਸੇ ਕਢਵਾ ਕੇ ਘਰ ਆਪਣੇ ਨਾਂ ਕਰਵਾ ਲਿਆ ਸੀ ਹੁਣ ਇਸ ਘਰ 'ਚ ਉਹਦੀ ਕੋਈ ਜ਼ਰੂਰਤ ਨਹੀਂ ਸੀ ਦੀਪੇ ਨੇ ਸਰੀ ਰਾਣੀ ਨੂੰ ਰਣੂ ਫੋਨ ਕੀਤਾ ਤੇ ਉਹਨਾਂ ਦੇ ਕਹਿਣ ਤੇ ਹੀ ਸਰੀ ਵਾਪਸ ਆਉਣ ਦਾ ਫੈਸਲਾ ਕਰ ਲਿਆ। ਰਾਣਾ ਤੇ ਪੰਮਾ ਹੁਣ ਇੱਕ ਵੱਖਰੀ ਬੇਸਮੈਂਟ 'ਚ ਰਹਿ ਰਹੇ ਸਨ। ਉਹਨਾਂ ਨੇ ਪਹਿਲਾਂ ਵਾਂਗੀ ਦੀਪੇ ਨੂੰ ਨਾਲ ਰੱਖ ਕੇ ਮਦਦ ਕਰਨ ਦਾ ਭਰੋਸਾ ਦੇ ਦਿੱਤਾ। ਉਹਨੇ ਅਗਲੇ ਦਿਨ ਦੀ ਟਿਕਟ ਕਰਵਾ ਲਈ। ਕਰਨੈਲ ਸਿੰਘ ਤੇ ਸਵਰਨ ਕੌਰ ਨੇ ਉਹਨੂੰ ਬਹੁਤ ਸਮਝਾਇਆ ਕਿ ਜੇ ਵੱਖਰਾ ਹੀ ਰਹਿਣਾ ਇੱਥੇ ਹੀ ਰਹਿ ਲਵੇ। ਪਰ ਦੀਪੇ ਦਾ ਮਨ ਬਹੁਤ ਖੱਟਾ ਹੋ ਚੁੱਕਿਆ ਸੀ। ਉਹਨੇ ਕਿਸੇ ਦੀ ਇੱਕ ਨਾ ਸੁਣੀ ਤੇ ਆਪਣੇ ਖੰਭ ਖੋਆ ਕੇ 2 ਮਹੀਨਿਆਂ ਦੇ ਵਿੱਚ ਵਿੱਚ ਹੀ ਸਰੀ ਮੋੜ ਆਇਆ। ਸਰੀ ਆਕੇ ਦੀਪੇ ਨੇ ਰੀਆ ਉਹ ਰੌਂ ਵਾਲੀ ਬੇਸਮੈਂਟ ਖਾਲਦ ਨੂੰ ਫੋਨ ਕੀਤਾ ਖਾਲਦ ਨੇ ਦੀਪੇ ਦੇ ਜਨਮ ਮਗਰੋਂ ਅਚਾਨਕ ਨਿਕਾਹ ਪੜਵਾ ਲਿਆ ਸੀ ਹੁਣ ਉਹ ਆਪਣੀ ਪਤਨੀ ਨਾਲ ਉਸੇ ਬੇਸਮੈਂਟ 'ਚ ਰਹਿ ਰਿਹਾ ਸੀ ਦੀਪੇ ਨੂੰ ਖਾਲਦ ਦੀ ਸਹੇਲੀ ਬਾਰੇ ਪਹਿਲਾਂ ਹੀ ਪਤਾ ਸੀ ਇਸ ਲਈ ਉਹਨੂੰ ਕੋਈ ਬਹੁਤੀ ਹੈਰਾਨੀ ਨਾ ਹੋਈ ਉਹਨੂੰ ਬੇਸਮੈਂਟ ਵੱਲੋਂ ਤਾਂ ਨਾ ਹੋ ਗਈ ਪਰ ਖਾਲਦ ਨੇ ਉਹਨੂੰ ਆਪਣੇ ਨਾਲ ਕੰਮ ਕਰਨ ਦੀ ਪੇਸ਼ਕਸ਼ ਕਰ ਦਿੱਤੀ ਖਾਲਦ ਨੇ ਲੋ ਵੋਲਟੇਜ ਦੇ ਕੰਮ ਦੀ ਕੰਪਨੀ ਖੋਲ ਲਈ ਜਿਸ ਘਰਾਂ ਤੇ ਕਮਰਸ਼ੀਅਲ ਬਿਲਡਿੰਗਾਂ ਜਿਸਕਿਉਰਟੀ ਅਲਾਰਮ ਸਿਕਿਉਰਿਟੀ ਕੈਮਰਾ ਫੋਨ ਤੇ ਕੇਬਲ ਦੀਆਂ ਤਾਰਾਂ ਤੇ ਵੈਕਿਊਮ ਇੰਸਟਾਲੇਸ਼ਨ ਵਗੈਰਾ ਦਾ ਕੰਮ ਸ਼ਾਮਿਲ ਸੀ ਦੀਪਾ ਨੂੰ ਕੋਈ ਕੰਮ ਚਾਹੀਦਾ ਸੀ ਇਸ ਲਈ ਉਹਨੇ ਖਾਲੇ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਇਸ ਕੰਮ 'ਚ ਇਨਵੈਸਟਮੈਂਟ ਇੰਨੀ ਜ਼ਿਆਦਾ ਨਹੀਂ ਸੀ ਇਸ ਲਈ 3-4 ਮਹੀਨੇ ਕੰਮ ਕਰਨ ਤੋਂ ਬਾਅਦ ਦੀਪਾ ਖਾਲੇ ਦੀ ਕੰਪਨੀ 'ਚ ਹਿੱਸੇਦਾਰ ਬਣ ਗਿਆ ਦੀਪੇ ਨੇ ਛੇਤੀ ਕੰਮ ਦੀਆਂ ਸਾਰੀਆਂ ਕੁੰਡੀਆਂ ਸਿੱਖ ਲਈਆਂ ਰਾਣੇ ਹੋਰਾਂ ਦੇ ਘਰ ਵਾਲਿਆਂ ਕੋਲੋਂ ਦੀਪੇ ਨੂੰ ਪੱਕਾ ਨਾਲ ਰੱਖਣ ਦੀ ਇਜਾਜ਼ਤ ਲੈ ਲਈ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਮਿਹਨਤ ਦਾ سلسلہ ਸ਼ੁਰੂ ਹੋ ਗਿਆ ਇਸ ਤੋਂ ਅਗਲੇ 6-7 ਮਹੀਨੇ ਕੰਮ ਬਹੁਤ ਬਿਜ਼ੀ ਰਿਹਾ ਦੀਪੇ ਤੇ ਖਾਲਿਦ ਨੇ ਜੀ ਤੋੜ ਮਿਹਨਤ ਕੀਤੀ ਸਾਰਾ ਕੁਝ ਬਹੁਤ ਸੋਹਣਾ ਚੱਲ ਰਿਹਾ ਸੀ ਫਿਰ ਪਤਾ ਨਹੀਂ ਕਿਉਂ ਖਾਲਿਦ ਨੇ ਟ੍ਰਾਂਟੋ ਚਲੇ ਜਾਣ ਦਾ ਮਨ ਬਣਾ ਲਿਆ ਉਹਨੇ ਦੀਪੇ ਤੋਂ 10000 ਡਾਲਰ ਲੈ ਕੇ ਕੰਪਨੀ ਨੂੰ ਛੱਡ ਦਿੱਤੀ ਆਪ ਟ੍ਰਾਂਟੋ ਮੂਵ ਹੋ ਗਿਆ ਦੀਪ ਤੇ ਖਾਲਿਦ ਨੇ ਮਿਹਨਤ ਕਰਕੇ ਕੰਮ ਤੇ ਵਰਤ ਹੋਣ ਵਾਲੇ ਸਾਰੇ ਟੂਲ ਬਣਾ ਲਏ ਸਨ ਇੱਕ ਨਵੀਂ ਵੈਨ ਵੀ ਪਾ ਲਈ ਸੀ ਖਾਲਿਦ ਦੇ ਜਾਣ ਤੋਂ ਬਾਅਦ ਦੀਪਾ ਪਹਿਲਾਂ ਤਾਂ ਥੋੜਾ ਉਧਰਿਆ ਪਰ ਫਿਰ ਛੇਤੀ ਉਹ ਪੈਰਾਂ ਤੇ ਹੋ ਗਿਆ ਉਹਨੇ ਕੰਮ ਚੰਗੀ ਤਰ੍ਹਾਂ ਸੰਭਾਲ ਲਿਆ ਖਾਲਿਦ ਵਾਲੀ ਬੇਸਮੈਂਟ ਉਹਨੇ ਆਪ ਲੈ ਲਈ ਇਸ ਰਾਇਕਵਾਰ ਫੇਰ ਉਹ ਰੀਆ ਬੈਂਸ ਦੇ ਘਰ ਰਹਿਣ ਲੱਗ ਪਿਆ ਉਸ ਨਾਲ ਹੁਣ ਤਿੰਨ ਬੰਦੇ ਹੋਰ ਕੰਮ ਕਰਦੇ ਸਨ ਜਿਨ੍ਹਾਂ ਦੇ ਨਾਮ ਮੀਤਾ ਗੁਰਮੇਲ ਤੇ ਨਿੰਮਾ ਸਨ ਮੀਤਾ ਸਟੂਡੈਂਟ ਸੀ ਪਰ ਕੰਮ ਦਾ ਕਾਫੀ ਕਾਰੀਗਰ ਸੀ ਜੇ ਕਿਤੇ ਦੀਪਾ ਆਪ ਹਾਜ਼ਰ ਨਾ ਹੁੰਦਾ ਤਾਂ ਸਾਰੀ ਜ਼ਿੰਮੇਵਾਰੀ ਮੀਤਾ ਹੀ ਚੁੱਕਦਾ ਸੀ ਦੀਪਾ ਹੁਣ ਵੀ ਮੀਤੇ ਨੂੰ ਬਾਕੀਆਂ ਨਾਲੋਂ 1.5 ਡਾਲਰ ਫੀ ਘੰਟਾ ਜ਼ਿਆਦਾ ਦਿੰਦਾ ਸੀ ਇਸੇ ਤਰ੍ਹਾਂ 1.5 ਸਾਲ ਬੀਤ ਗਿਆ ਤੇ ਦੀਪੇ ਦਾ ਕੰਮ ਸੋਨਾ ਚੱਲਦਾ ਰਿਹਾ ਦੀਪੇ ਨੂੰ ਕੈਨੇਡਾ ਆਏ ਹੋਏ ਨੂੰ ਤਕਰੀਬਨ 7 ਸਾਲ ਹੋ ਗਏ ਸਨ ਉਹਦੀ ਉਮਰ ਹੁਣ 24ਵੇਂ ਸਾਲ ਤੇ ਸੀ ਉਹਨੇ ਇਸ ਛੋਟੀ ਜੀ ਉਮਰ ਵਿੱਚ ਹੀ ਜ਼ਿੰਦਗੀ ਦੇ ਬਹੁਤ ਉਤਰਾ ਚੜਾ ਵੇਖ ਲਏ ਸਨ ਫਿਰ ਇੱਕ ਦਿਨ ਕਰਨੈਲ ਸਿੰਘ ਨੇ ਫੋਨ ਤੇ ਉਹਨੂੰ ਕਿਹਾ ਦੀਪਿਆ ਵਿਆਹ ਕਰਾ ਲੈ ਹੁਣ ਕਿੰਨਾ ਚਿਰ ਆਪ ਹੀ ਹੱਥ ਲੂੰਦਾ ਰਹੇਗਾ ਇਸ ਸਾਲ ਅਸੀਂ ਇੰਡੀਆ ਜਾਣਾ ਹੈ ਮੈਂ ਤਾਂ ਕਹਿਣਾ ਵੀ ਚੱਲ ਤੂੰ ਵੀ ਕੋਈ ਚੰਗੀ ਜੀ ਕੁੜੀ ਦੇਖ ਕੇ ਪਸੰਦ ਕਰ ਲੈ ਅਸੀਂ ਵਿਆਹ ਕਰ ਦਿੰਨੇ ਤੇਰਾ ਜੇ ਅਮਰੀਕਾ ਨਹੀਂ ਆਉਣਾ ਤਾਂ ਚੱਲ ਕੈਨੇਡਾ ਵਿੱਚ ਹੀ ਚੰਗੀ ਤਰ੍ਹਾਂ ਸੈੱਟ ਸੁੱਟ ਹੋ ਜਾ ਦੀਪੇ ਨੂੰ ਆਪਣੇ ਬਾਪੂ ਦੀ ਗੱਲ ਜੱਚ ਗਈ ਹੁਣ ਉਸ ਕੋਲ ਚਾਰ ਪੈਸੇ ਵੀ ਜੁੜ ਗਏ ਸਨ ਉੰਜ ਵੀ ਹੁਣ ਕਦੇ-ਕਦੇ ਉਹਨੂੰ ਪੰਜਾਬ 'ਚ ਆਪਣੇ ਪਿੰਡ ਤੇ ਯਾਰਾਂ ਦੋਸਤਾਂ ਦਾ ਬਹੁਤ ਚੇਤਾ ਆਉਂਦਾ ਸੀ ਅਖਰ ਉਹਨੇ ਮੀਤੇ ਨਾਲ ਸਲਾਹ ਕੀਤੀ ਤੇ ਸਤੰਬਰ ਚੰਡੀਆ ਜਾਣ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਸਤੰਬਰ ਤੋਂ ਬਾਅਦ ਵਾਲੇ 2-2 ਮਹੀਨੇ ਮੀਤਾ ਪੜਾਈ ਵੱਲੋਂ ਬਿਲਕੁਲ ਵਿਹਲਾ ਸੀ ਤੇ ਉਹ ਕੰਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਸਾਂਭ ਸਕਦਾ ਸੀ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਦੀਪੇ ਨੇ ਸਤੰਬਰ ਦੇ ਪਹਿਲੇ ਹਫ਼ਤੇ ਦੀ ਟਿਕਟ ਬੁੱਕ ਕਰਾ ਲਈ ਉਸ ਕੋਲ 40000 ਡਾਲਰ ਦੀ ਬਚਤ ਕੀਤੀ ਹੋਈ ਸੀ ਜੋ ਵਿਆਹ ਵਾਸਤੇ ਕਾਫੀ ਸੀ ਧੰਨਵਾਦ ਚਲਦਾ